चाके रख दा लोग ने तो मेरे बीवी रकाबियां तोड़तियां ले तू सारी उम्र लेके बैठा रहे हाथ च चक्की तुरया फिरेगा सारी उम्र नहीं टूटती लोग तो 20 की लोकी तो 40 भी तोड़ देंगे ਉਹ ਲੋਕਾਂ ਦੀਆਂ ਕੀ ਰਿਸਾਂ ਹੈ ਮਾੜੀ ਮੋਟੀ ਕੰਜੂਸੀ ਵੀ ਕਰਨੀ ਪੈਂਦੀ ਹੈ ਫੇਰ ਹੀ ਘਰ ਵੱਜਦੇ ਨੇ ਮਾੜੀ ਮੋਟੀ ਨਹੀਂ ਕਰਦਾ ਬਹੁਤ ਜ਼ਿਆਦਾ ਕਰਦਾ ਮੈਂ ਤੈਨੂੰ ਦੱਸਾਂ ਮੈਂ ਤਾਂ ਅਸੀਂ ਵੀ ਕੋਈ ਸਬਜ਼ੀ ਲੈ ਕੇ ਆਉਂਗਾ ਬਾਹਰ ਗਿਆ ਕੋਈ ਸਬਜ਼ੀ ਤਾਂ ਲਿਆਉਣਾ ਲੈ ਤੂੰ ਕਹੀਂ ਮੈਂ ਰਕਾਬੀ ਪਾਲਣਾ ਸਬਜ਼ੀ ਹਾਂ ਲੈ ਇੰਨੀ ਮਹਿੰਗੀ ਤਾਂ ਮੈਂ ਸਬਜ਼ੀ ਲੈ ਕੇ ਦਿੱਤੀ ਹੋਈ ਹੈ ਕਿਹੜੀ ਗੰਡੇ ਉਹ ਰੋਜ਼ ਗੰਡੇ ਖਾ ਖਾ ਕੇ ਬੁਰਾ ਹਾਲ ਹੋਇਆ ਪਿਆ ਗੰਡਿਆਂ ਦੀ ਚਟਣੀ ਕੁੱਟ ਕੁੱਟ ਖਾਈ ਜਾਂਦੇ ਮੈਂ ਤੈਨੂੰ ਦੱਸਾਂ ਕਿੰਨਾ ਚਿਰ ਚਟਣੀ ਖਾਈ ਜਾਵਾਂਗੇ ਮੇਰੀ ਗੱਲ ਸੁਣ ਲੈ ਤੂੰ ਤੜਕੇ ਤੇ ਗੰਡੇ ਹੀ ਚਟਣੀ ਕੁੱਟ ਲਿਆ ਕਰੋ ਹਾਂ ਆਥਣੇ ਗੰਡੇ ਹੀ ਸਬਜ਼ੀ ਬਣਾ ਲਿਆ ਕਰੋ ਅੱਛਾ ਗੰਡੇ ਹੀ ਚੱਲਣਗੇ ਹੁਣ ਉਹ ਦੋ ਸਿਰ ਗੰਡੇ ਲੈ ਕੇ ਲੈ ਗੰਡੇ ਖਵਾ ਖਵਾ ਹੁਣ ਤਾਂ ਢਿੱਡ ਗਾਲ ਤਾਂ ਮੈਂ ਨਹੀਂ ਖਾਂਦੀ ਅੱਜ ਗੰਡੇ ਗੁੰਡੇ ਉਹਨਾਂ ਲੋਕਾਂ ਨੂੰ ਪੁੱਛ ਜਾ ਕੇ ਤੂੰ ਜਿਨ੍ਹਾਂ ਨੂੰ ਗੰਡੇ ਵੀ ਨਹੀਂ ਮਿਲਦੇ ਗੰਡੇ ਕੋਈ ਮਾੜੀ ਚੀਜ਼ ਨਹੀਂ ਬਹੁਤ ਵਧੀਆ ਸਬਜ਼ੀ ਹੈ ਆਹ ਵਧੀਆ ਤਾਂ ਆਪੀ ਹੈਗੀ ਪੈਸੇ ਲੱਗਦੇ ਹੈਗੇ 2 ਰੁਪਏ ਲਾ ਦਿਆ ਕਰ 10 ਰੁਪਏ ਦਾ ਕੱਦੂ ਲਿਆ ਲਿਆ ਕਰ ਐਡਾ ਕਾ ਜਮਾ ਨਾ ਖਾਓ ਤੁਸੀਂ ਮੈਂ ਕੱਲੀ ਬਣਾ ਲਿਆ ਕਰੂੰ ਅੱਜ ਤਾਂ ਤੂੰ ਮੈਨੂੰ ਕੱਦੂ ਕਹਿਣੀ ਐ ਕੱਲ ਨੂੰ ਤੂੰ ਮੈਨੂੰ ਐਂ ਕਹੇਂਗੀ ਮੈਨੂੰ ਟਮਾਟਰ ਲਿਆ ਦੇ ਮੈਨੂੰ ਤਾਂ ਤੂੰ ਘਰੋਂ ਕੱਢ ਦੇਂਗੀ ਫਿਰ ਹੱਦ ਹੋਈ ਪਈ ਐ ਜਮਾ ਜਮੇ ਸਰਿਆ ਪੈ ਤੇਰੇ ਮੈਨੂੰ ਤਾਂ ਮਾੜੀ ਮੋਟੀ ਤਾਂ ਕੋਈ 2 ਰੁਪਏ ਖਰਚ ਲਿਆ ਕਰ ਕੀ ਨਾਲ ਲੈ ਕੇ ਜਾਏਗਾ ਪੈਸੇ ਇੱਥੇ ਪਏ ਰਹਿ ਜਾਣਗੇ ਲੈ ਜੇ ਵੱਡੇ ਵੱਡੇ ਮੀਰ ਲੋਕ ਨਾ ਇਹ ਗੱਲਾਂ ਦੇਖਦੇ ਵੀ ਪੈਸੇ ਇੱਥੇ ਪਏ ਰਹਿ ਜਾਣਗੇ ਤਾਂ ਫਿਰ ਉਹ ਧਨ ਨਾ ਜੋੜਦੇ ਤੂੰ ਕਿਹੜੀਆਂ ਗੱਲਾਂ ਕਰ ਰਿਹਾ ਧਨ ਤਾਂ ਹੀ ਜੁੜਦਾ ਹੁੰਦਾ ਹੈ ਉਹ ਤੂੰ ਜਾ ਜਾ ਜੋੜੀ ਤੇਰਾ ਧਨ ਜਾਣਦੀ ਮੈਂ ਤੇਰੇ ਧਨ ਨੂੰ ਅਡਾਨੀ ਬਾਨੀ ਨੇ ਫੇਰੀ ਏਡੇ ਏਡੇ ਮਹਿਲ ਪਾਏ ਨੇ ਫੇਰੀ ਇੰਨਾ ਪੈਸਾ ਇਕੱਠਾ ਕਰਿਆ ਕਿੱਥੇ ਅੱਛਾ ਹੁਣ ਤੂੰ ਡਾਨੀ ਬਾਨੀ ਬਣੇਗਾ ਆਰਤੀਆਂ ਨਾਲ ਨਹੀਂ ਬਣਦਾ ਉਹਨਾਂ ਕੋਲ ਤਾਂ ਵੱਡੀਆਂ ਵੱਡੀਆਂ ਪ੍ਰਾਪਰਟੀਆਂ ਸੀ ਤੇਰੇ ਕੋਲ ਕਿਹੜੀ ਪ੍ਰਾਪਰਟੀ ਹੈ ਉਹ ਵੱਡੀਆਂ ਵੱਡੀਆਂ ਪ੍ਰਾਪਰਟੀਆਂ ਵੀ ਫੇਰੀ ਬਣਦੀ ਹੈ ਜੇ ਬੰਦਾ ਪੈਸੇ ਜੋੜੂਗਾ ਐਂ ਪ੍ਰਾਪਰਟੀਆਂ ਹੁਣ ਨਹੀਂ ਬਣ ਜਾਂਦੀਆਂ ਐਂ ਖਰਚੇ ਨਹੀਂ ਕਿਤੇ ਹੁੰਦੇ ਚੁੱਪ ਕਰਕੇ ਗੰਡੇ ਦੀ ਸਬਜ਼ੀ ਬਣਾ ਲੈ ਮੈਂ ਨਹੀਂ ਬਣਾਉਂਦੀ ਗੰਡੇ ਗੁੰਡੇ ਮੈਂ ਤਾਂ ਜਮਾ ਨਹੀਂ ਬਣਾਉਂਦੀ ਆਦੀ ਮਾਂ ਤੇ ਬਣਵਾਲਾ ਦੋਨੇ ਮਾਂ ਪੁੱਤ ਇੱਕੋ ਜੇ ਕੰਜੂਸ ਕਿਸੇ ਥਾਂ ਦੇ ਗੰਡੇ ਲੈ ਲੈ 200 ਗੰਡੇ ਉਧਰ ਵੀ ਸਾਰੀ ਰਾਤ ਫਿਰ ਦੇਖੀ ਹੈ ਹਾਏ ਹਾਏ 100 ਰੁਪਿਆ ਲੱਗ ਗਿਆ ਮੇਰਾ ਗੰਡਿਆਂ ਤੇ ਮੈਂ ਤੱਕ ਤੋ ਕਹਿਦਾ ਕਰੇ ਉੱਠ ਕੇ ਸਾਰੀ ਰਾਤ ਤੂੰ ਸੁੱਤਾ ਨਹੀਂ 400 ਗੰਡੇ ਲੈ ਕੇ ਵੱਡਾ ਆ ਗਿਆ ਗੰਡਿਆਂ ਵਾਲਾ ਮੈਂ ਨਹੀਂ ਬਣਾਉਂਦੀ ਜੀ ਤੇਰੀ ਮਾਂ ਤੋਂ ਬਣਵਾ ਕੇ ਖਾ ਲਾ ਲੈ ਭਾਈ ਬਾਰ ਤਾਂ ਖੁੱਲੇ ਹੀ ਸੀਗਾ ਜਾਨੀ ਆ ਬਹੂ ਨੂੰ ਦੇਖਦੀ ਆ ਮੀਂਹ ਜਾ ਪੈ ਗਿਆ ਸੀ ਤੇ ਘਰੇ ਜਵਾਕ ਕਹਿੰਦੇ ਸੀਗੇ ਕੁਛ ਨਾ ਕੁਛ ਬਣਾ ਲਾ ਬਣਾਉਣ ਨੂੰ ਕਾਹਦਾ ਬਣਾਵਾਂ ਜਦੋਂ ਘਰੇ ਕੋਈ ਚੀਜ਼ ਨਹੀਂ ਉਹਨਾਂ ਨੂੰ ਐਂ ਤਾਂ ਆਉਂਦਾ ਨਹੀਂ ਵੀ ਗੁੜ ਦਾ ਕਿੱਥੋਂ ਕੁਛ ਬਣਾਉਗੀ ਜਦੋਂ ਸਾਡੇ ਘਰੇ ਤਾਂ ਖੰਡ ਨਹੀਂ ਚਾਹ ਘਰ ਨੂੰ ਮੰਗਣੋਂ ਹਟਦੇ ਨਹੀਂ ਹੋਰ ਕਿਵੇਂ ਭਾਈ ਹਰਪ੍ਰੀਤ ਠੀਕ ਆ ਚਾਚੀ ਵਧੀਆ ਤੂੰ ਸੁਣਾ ਵਧੀਆ ਤੂੰ ਮੀਂਹ ਪੈਂਦੇ ਚ ਮੀਂਹ ਪੈਂਦੇ ਭਾਈ ਜਵਾਕ ਕਹਿੰਦੇ ਕੁਛ ਨਾ ਕੁਛ ਕਹਿੰਦੇ ਬਣਾ ਬਣਾਵਾਂ ਕਾਹਦਾ ਸਮਾਨ ਹੈ ਨਹੀਂ ਸੀ ਮੁੱਕਿਆ ਪਿਆਗਾ ਮੰਡੀ ਗਏ ਨੀਗੇ ਮੈਂ ਕਿਹਾ ਬਣਾਉਂਦੇ ਬਣਾਉਂਦੇ ਤਾਂ ਕੁਛ ਨਹੀਂ ਤੜਕੇ ਨੂੰ ਚਾਹ ਨੂੰ ਸਾਡੇ ਤਾਂ ਖੰਡ ਨਹੀਂ ਮੈਂ ਤਾਂ ਖੰਡ ਲੈਣ ਆਈ ਹਾਂ ਤੇ ਨਾਲੇ ਮੈਂ ਆਖਿਆ ਮੈਂ ਕਿਹਾ ਤੜਕੇ ਨੂੰ ਸਾਡੇ ਪਰੌਣੇ ਨਾ ਆਉਣਾ ਮੈਂ ਤਾਂ ਕਿਉਂ ਲੈਣਾ ਸੀ ਤੇਰੇ ਕੋਲ ਜੇ ਹੈਗਾ ਮੈਨੂੰ ਕੌਲੀ ਕਿਉਂ ਦੀ ਦੇ ਦੇ ਚਾਚੀ ਗੱਲਾਂ ਕਿਹੜੀਆਂ ਕਰਦੀਆਂ ਕੌਲੀ ਕਿਉਂ ਦੀ ਤਾਂ ਸਾਡੇ ਪੂਰੀ ਲੈ ਕੇ ਨਹੀਂ ਆਉਂਦੇ ਪਾਈਏ ਵਾਲੀ ਡੱਬੀ ਲਿਆ ਸੀ ਏਡੀ ਕ ਦੇਸੀ ਕਿਉਂ ਦੀ ਤੇ ਖੰਡ ਤੇ ਗੁੜ ਤਾਂ ਮੈਂ ਤੈਨੂੰ ਪੁੱਛਣਾ ਮੈਂ ਤੈਨੂੰ ਕਿੱਥੋਂ ਦੇਵਾਂ ਹੁਣ ਮੈਂ ਤੈਨੂੰ ਜਵਾਬ ਦਿੰਦੀ ਸੋਹਣੀ ਨਹੀਂ ਲੱਗਦੀ ਮੈਂ ਤੈਨੂੰ ਸਮਾਨ ਲਿਆ ਕੇ ਦਿਖਾ ਦਿੰਦੀ ਚਾਚੀ ਇਹ ਤੈਨੂੰ ਯਕੀਨ ਨਹੀਂ ਯਕੀਨ ਤੇ ਯਾਰ ਕੋਈ ਨਹੀਂ ਭਾਈ ਯਕੀਨ ਤਾਂ ਹੈਗਾ ਵੀ ਹੈ ਕਿ ਉਹ ਹੀ ਜਵਾਬ ਦਿੰਦੀ ਆ ਕਿ ਹੈ ਹੀ ਨਹੀਂ ਲੈ ਚਾਚੀ ਤੂੰ ਆਖੇਗੀ ਕਾਹ ਨਹੀਂ ਮੈਨੂੰ ਜਵਾਬ ਦਿੰਦੀ ਹੈ ਹਾਂ ਆ ਗਈ ਮੈਂ ਬਹਿ ਜਾ ਦੇਖ ਪਤਾ ਨਹੀਂ ਜਾਣ ਕੀ ਘੱਟ ਪਾਈ ਬੈਠੀ ਦੇਣ ਦੀ ਮਾਰੀ ਪਤਾ ਨਹੀਂ ਸੱਚੋ ਦਿਖਾਉਂਦੀ ਹੈਗੀ ਸਮਾਨ ਤਾਂ ਕਿਉਂ ਨਾ ਹੋਊਗਾ ਹੋਊਗਾ ਸਮਾਨ ਤਾਂ ਦੇਣ ਦੀ ਮਾਰੀ ਛੋਟੇ ਲਿਫਾਫੇ ਦਿਖਾ ਦੇਗੀ ਆ ਦੇਖ ਲੈ ਚਾਚੀ ਆ ਤਾਂ ਖੰਡ ਹੈ ਆ ਲੂਣ ਮਿਰਚ ਹੋਈ ਹੈ ਬਈ ਸਮਾਨ ਤਾਂ ਹਨਾ ਹਾਂ ਆ ਪਾਈਏ ਤਾਂ ਲੂਣ ਮਿਰਚ ਦੀਆਂ ਪੈਕਟੀਆਂ ਤੇ ਆ 2 ਕਿਲੋ ਖੰਡ ਲੈਂਦੀ ਸੀ ਤੇ 2 ਕਿਲੋ ਗੁੜ ਲਿਆਂਦਾ ਸੀ ਇਹ ਕੀ ਗੱਲ ਬਈ ਕਹਿੰਦੇ ਸਮਾਨ ਬਾਹਲੀ ਥੋੜਾ ਲਿਆਉਣ ਲੱਗ ਗਏ ਬਾਹਲੀ ਕੰਜੂਸੀ ਕਰਨ ਲੱਗ ਗਏ ਤੁਸੀਂ ਤਾਂ ਪੁੱਛ ਨਾ ਚਾਚੀ ਇਹ ਤਾਂ ਬਾਹਲੀ ਕੰਜੂਸੀ ਕਰਦਾ ਬਾਹਲੀ ਜਾਦੇ ਆ ਲੈ ਹੁਣ ਇਹ ਚ ਦੇਖੋ ਕੀ ਤਾਂ ਮੈਂ ਤੈਨੂੰ ਧਾਰੀ ਦੇਵਾਂ ਇੰਨੀ ਤਾਂ ਬੰਦਾ ਧਾਰੀ ਲੈਣ ਆ ਹੀ ਲੈ ਜਾਂਦਾ ਧਾਰੀ ਇਹ ਚ ਮੈਂ ਕੀ ਕਰੂੰਗਾ ਬਈ ਇੰਨੀ ਤਾਂ ਇਹ ਦੁਬਾਰਾ ਤਾਂ ਸਾਡੇ ਇੰਨਾ ਗੋੜਾ ਇੰਨੀ ਖੰਡ ਖੇਤ ਜਾਂਦੀ ਹੈਗੀ ਇਹਦੇ ਨਾਲ ਧਾਰੀ ਮੈਨੂੰ ਕਿੱਥੋਂ ਦੇ ਸਾਡੇ ਖੇਤ ਵੀ ਨਹੀਂ ਸਰਨਾ ਇਹਦੇ ਨਾਲ ਚਾਚੀ ਹੁਣ ਤਾਂ ਤੁਹਾਡਾ ਤਾਂ ਖੇਤੀ ਦਾ ਕੰਮ ਹੈ ਬਈ ਸਾਡੇ ਤਾਂ ਵਾਹਣ ਤਾਂ ਦੇਤਾ ਠੇਕੇ ਤੇ ਤੇ ਹੁਣ ਪੁੱਛ ਨਾ ਸਾਡਾ ਤਾਂ ਬੁਰਾ ਹਾਲ ਕਰ ਰੱਖਿਆ ਨੇ ਸਾਨੂੰ ਤਾਂ ਜਮੀ ਨਹੀਂ ਕੁਛ ਲਿਆ ਕੇ ਦਿੰਦਾ ਨਹੀਂ ਜਮੀ ਤਾਂ ਕਿਉਂ ਨਹੀਂ ਲਿਆ ਕੇ ਦਿੰਦਾ ਭਾਈ ਤੂੰ ਹੀ ਕਹੀ ਨਹੀਂ ਲਿਆ ਕੇ ਦਿੰਦਾ ਜਦੋਂ ਖੇਤੀ ਤੁਸੀਂ ਦੇਤੀ ਠੇਕੇ ਤੇ ਤੁਹਾਡਾ ਖਰਚਾ ਘੱਟ ਹੈ ਅਸੀਂ ਖੇਤੀ ਕਰਨੇ ਸਾਡੇ ਖਰਚਾ ਵੱਧ ਹੈਗਾ ਮੁੰਡੇ ਨੂੰ ਕਹਿੰਦਾ ਹੀ ਨਾ ਕਹਿ ਵੀ ਕੁਛ ਲਿਆ ਕੇ ਦਿੰਦਾ ਹਾਂ ਮੈਂ ਕੁਝ ਉਸ ਪਣਾ ਕਰਦਾ ਹੈਗਾ
ਇਹਨੂੰ ਪਤਾ ਇਹਨੇ ਤਵੀਲਦਾਰੀ ਚ ਘਰ ਪਹਿਲਾਂ ਬੰਨੇ ਹੈ ਮੁੰਡਾ ਕਜੂਸ ਕਾਹਨੂੰ ਆਗਾ ਇਹ ਹਿਸਾਬ ਨਾਲ ਲਿਆਉਂਦਾ ਮੂਹਰੇ ਸਾਉਣ ਦਾ ਮਹੀਨਾ ਵੀ ਖਰਾਬ ਨਾ ਹੋ ਜੇ ਕਿਤੇ ਲਿਆਂਦਾ ਕੀ ਇੰਨਾ ਕਿੰਨਾ ਕੋ ਖਰਾਬ ਹੁੰਦਾ ਆ ਲੈ ਜੇ ਕੁਧਾਰਾ ਲੈਣ ਆ ਜੇ ਚੀਜ਼ ਦਾਰੀ ਲੈਣ ਆ ਜੇ ਉਹਨੂੰ ਅਗਲਾ ਦਾਰੀ ਦੇਊਗਾ ਕਿ ਆਪਦੇ ਘਰੇ ਵਰਤੂਗਾ ਸਰੀਕ ਇੱਕ ਕੌਲੀ ਇਹਨਾਂ ਚ ਉਹ ਆਏ ਭਾਈ ਦਾਰੀ ਵਾਲਾ ਆ ਜਾਂਦਾ ਮੂੰਹ ਮੱਥਾ ਤਾਂ ਆਪਾਂ ਨੂੰ ਰੱਖਣਾ ਹੀ ਪੈਂਦਾ ਆਹ ਗਵਾਂਢ ਚ ਸਰਦਾ ਨੀ ਹੁਣ ਮੈਂ ਤੈਨੂੰ ਆ ਖੰਡ ਤਾਂ ਮੈਂ ਤੈਨੂੰ ਦੇ ਦਾਨੀ ਆ ਤੇ ਅਸੀਂ ਚਾਹ ਕਾਦੇ ਨਾ ਕਰਾਂਗੇ ਫਿਰ ਤੂੰ ਐ ਦੱਸ ਨਾ ਭਾਈ ਇਹ ਤਾਂ ਮੈਂ ਲੈਂਦੀ ਵੀ ਨਹੀਂ ਇਹਨੂੰ ਤਾਂ ਸਾਨੂੰ ਸਰਨਾ ਨਹੀਂ ਫਿਰ ਸਾਨੂੰ ਘਰੇ ਵੀ ਚਾਹੀਦਾ ਤੇ ਤੂੰ ਕਹਿੰਦੀ ਨਹੀਂ ਕਨੂਸਪਣਾ ਨਹੀਂ ਕਰਦੇ ਕਨੂਸਪਣਾ ਨਹੀਂ ਕਰਦੇ ਤਾਂ ਹੋਰ ਕੀ ਹੈ ਉਹ ਗੰਡੇ ਲੈ ਕੇ ਤਾਂ ਰੱਖਿਆ ਕਰਲੇ ਰੋਜ਼ ਆਖੂਗਾ ਗੰਡੇ ਨੂੰ ਚਟਣੀ ਕੁੱਟ ਲਓ ਤੜਕਾ ਲਾ ਲਓ ਸਬਜ਼ੀ ਨੂੰ ਕੀ ਹੈ ਤੇ ਦਾਲ ਪਾਣੀ ਫਿਰ ਕੋਈ ਗੰਡੇ ਲੈ ਤਾਂ ਲੈਂਦਾ ਬਾਲੀ ਕੰਜੂਸ ਹੈ ਨਾ ਮੇਰੀ ਬੇਬੇ ਕਹਿੰਦੀ ਹੈ ਬੇਬੇ ਵੀ ਉਹਦੇ ਵਰਗੀ ਹੈ ਕਦੇ ਤਾਂ ਲੈ ਲੈਂਦੀ ਮਾੜੀ ਮੋਟੀ ਤੇ ਨਹੀਂ ਆਖੂਗੀ ਚੱਲ ਕੁੜੇ ਗੰਡੇ ਖਾ ਲਾਂਗੇ ਐ ਕਰ ਚਾਰ ਦੀ ਫੜੀ ਲੈ ਰੇ ਮੈਨੂੰ ਤਾਂ ਅੰਬ ਦੇ ਦੀ ਇੱਕ ਨਾਲ ਗੰਡਾ ਚੀਰ ਕੇ ਦੇ ਦੇ ਕਹਿੰਦੀ ਮੈਨੂੰ ਤਾਂ ਬਲਾਂ ਸਵਾਦ ਲੱਗਦੀ ਹੈ ਮਿੱਸੀ ਰੋਟੀ ਪਕਾ ਦੇ ਬੇਸਣ ਲਿਆ ਰੱਖਿਆ ਬੇਸਣ ਦੀਆਂ ਰੋਟੀਆਂ ਪਕਵਾ ਲੈਂਦੇ ਆ ਇਹਨਾਂ ਨੇ ਪਹਿਲੇ ਦਿਨ ਤੋਂ ਮਾਂ ਪੁੱਤਾਂ ਨੇ ਕੰਜੂਸੀ ਕਰੀ ਹੈ ਇਹ ਤਾਂ ਇੱਕ ਗੰਡਾ ਕੁੱਟ ਕੇ ਕਹਿੰਦੇ ਮਸਾਲਾ ਪਾ ਕੇ ਭੁੰਨ ਕੇ ਦੁੱਧ ਪਾ ਲੈਂਦੇ ਸੀ ਭਾਈ ਇਹਨਾਂ ਨੇ ਪਹਿਲੇ ਦਿਨ ਤੋਂ ਕੰਜੂਸੀ ਕਰੀ ਹੈ ਤਾਂ ਕਰਕੇ ਫਿਰ ਉਹੀ ਕੰਮ ਚੱਲਦਾ ਹੁਣ ਨੂੰਹਾਂ ਧੀਆਂ ਤਾਂ ਮੂਹਰੇ ਮੰਗਦੀਆਂ ਚੀਜ਼ ਲਿਆਉਣੀ ਪੈਂਦੀ ਹੈ ਆਪਾਂ ਨੂੰ ਚਾਚੀ ਸਾਡੇ ਤਾਂ ਇਹ ਜਿਹਾ ਕੁਛ ਭਾਈ ਹੈ ਨਹੀਂ ਸੀ ਮੈਂ ਤਾਂ ਦੇਖਿਆ ਨਹੀਂ ਸੀ ਮੈਂ ਤਾਂ ਕਦੇ ਨਾ ਆ ਜਿਹੜੀ ਚੌਲਾਂ ਤੇ ਮਿਰਚਾਂ ਦੀ ਦਾਲ ਬਣਾਉਂਦੇ ਆ ਮੈਂ ਤਾਂ ਉਹ ਕਦੇ ਨਹੀਂ ਸੀ ਸਾਡੇ ਪਿੰਡ ਬਣਾਈ ਉਹ ਬਣਵਾ ਲੈਂਦੇ ਜਾਂ ਇੰਨੇ ਕੁ ਚੌਲ ਪਿਆ ਨੂੰ ਮੇਰੀ ਬੇਬੇ ਪਾ ਕੇ ਪਾਣੀ ਆਖੂਗੀ ਵਿੱਚ ਚਾਰ ਮਿਰਚਾਂ ਪਾ ਲਾ ਵਿੱਚ ਦੁੱਧ ਦੀ ਕੌਲੀ ਪਾ ਲਾ ਬਣ ਗਈ ਦਾਲ ਲਓ ਕੀ ਦਾਲ ਹੁੰਦੀ ਹੈ ਉਹ ਬਸ ਇਹਨਾਂ ਨੇ ਖਾਧੀ ਹੈ ਪਹਿਲਾਂ ਤੈਨੂੰ ਚੌਲ ਤਾਂ ਕਹੇ ਤੇ ਇਹਦੇ ਇੰਨੇ ਕੁ ਆਪਦੇ ਦੀ ਗੰਢੀ ਕੁੱਟ ਲੈਂਦੀ ਸੀ ਵਿੱਚ ਪਾ ਕੇ ਮਸਾਲਾ ਭੁੰਨ ਕੇ ਤੇਲ 'ਚ ਤੇ ਦੁੱਧ ਪਾ ਲੈਂਦੀ ਸੀ ਦੋਨੇ ਮਾਪੇ ਤਾਂ ਹੀ ਖਾ ਲੈਂਦੇ ਸੀ ਪਹਿਲੇ ਦਿਨ ਤੇ ਇਹਨਾਂ ਨੇ ਪਹਿਲੇ ਦਿਨ ਦੀ ਪਤਾ ਚੱਕੀ ਹੈ ਦਾਰੀ ਚੀਜ਼ ਤਾਂ ਫੇਰ ਹੀ ਦੇਗੇ ਜੇ ਦਾਰੀ ਦੇਣ ਨੂੰ ਹੋਵੇ ਹੋਵੇ ਭਾਈ ਜੇ ਤੁਹਾਡੇ ਜਾਣੇ ਆ ਬੇਬੇ ਨੂੰ ਆਪ ਨੂੰ ਸੰਗ ਚਾਹੀਦੀ ਹੈ ਤੁਹਾਡੇ ਸਿਰ ਪੱਕੀ ਚੀਜ਼ ਚੱਕ ਲੈਣੀ ਜੇ ਲੈਣ ਵਗ ਜੇ ਅਸੀਂ ਤਾਂ ਭਾਈ ਕਹਿੰਦੇ ਢੋਲੀ ਭਰ ਕੇ ਫੜਾ ਲੈਣੇ 5 ਕਿਲੋ ਇਹ ਵੀ ਲੈ ਜਾ ਕੋਈ ਨਾ ਦੇ ਜੀ ਤੇ ਤਾਂਿਆਂ ਲਿਆਉਂਦੀ ਨਹੀਂ ਕਹਿੰਦੀ ਮੁੰਡਾ 2 ਕਿਲੋ ਲਿਆਊਗਾ ਫਿਰ ਅਸੀਂ ਮੋੜਾਂਗੇ ਕਿਵੇਂ ਸਾਡੇ ਕੋਲ ਢੋਲੀ ਵਾਟੀ ਲਿਆਉਂਦੇ ਵਾੜੀ ਲਿਆਉਂਦੀ ਨਹੀਂ ਵਾੜੀ ਤਾਂ ਫਿਰ ਦਾੜੀ ਮੰਗੇ ਕਿੱਥੋਂ ਮੰਗੇ ਨਹੀਂ ਉਹ ਲਿਆ ਕੇ ਨਹੀਂ ਦੇ ਲਿਆ ਕੇ ਨਹੀਂ ਉਹ ਤਾਂ ਇੰਨੀ ਕੰਜੂਸੀ ਕਰਦਾ ਜਿੰਨੀ ਵੀ ਕਹਦੇ ਪੁੱਛ ਨਾ ਬਸ ਲੀੜੇ ਕੱਪੜੇ 'ਚ ਵੀ ਨਾ ਕੋਈ ਕੱਪੜਾ ਲਿਆ ਕੇ ਦਿੰਦਾ ਨਾ ਲੀੜਾ ਲਿਆ ਕੇ ਦਿੰਦਾ ਨਾ ਕੋਈ ਜੋੜਾ ਨਾ ਜੁੱਤੀ ਕੁਛ ਨਹੀਂ ਲਿਆ ਕੇ ਦਿੰਦਾ ਉਹ ਪਹਿਲੇ ਦਿਨ ਤੋਂ ਨਾ ਮੁੰਡਾ ਖਰਚ ਘੱਟ ਕਰਦਾ ਹੈ ਖਰਚ ਕਰਦਾ ਨਹੀਂ ਇੰਨਾ ਬਸ ਕਹਿੰਦੇ ਉਹ ਅਨਸਰਦੇ ਦੇ ਹਿਸਾਬ ਨਾਲ ਪੈਸੇ ਲਾਉਂਦਾ ਕਮਾਈ ਬਥੇਰੀ ਕਰਦਾਗਾ ਮੁੰਡਾ ਤੂੰ ਕਹੇਂਗੀ ਕਮਾਈ ਨਹੀਂ ਕਰਦਾ ਲੀੜੇ ਲੱਤੇ ਦਾ ਸਮਾਨ ਸਲੇ ਦਾ ਥੋੜਾ ਜਿਹਾ ਕੰਜੂਸਪਣਾ ਕਰਦਾ ਹੈਗਾ ਐਂ ਤਾਂ ਮੈਂ ਕਿਉਂ ਕਹਿੰਦੀ ਵੀ ਨਹੀਂ ਕਰਦਾ ਜੇ ਹੁਣ ਮੈਂ ਤੈਨੂੰ ਕਹਿ ਦੂੰ ਵੀ ਨਹੀਂ ਕਰਦਾ ਤੇ ਤੂੰ ਖੁੱਲਾ ਖਾਏਂਗੀ ਤੇ ਜ਼ਿਆਦਾ ਖਰਚਾ ਪਾਲੇਂਗੀ ਮੁੰਡੇ ਤੋਂ ਤੂੰ ਹਿਸਾਬ ਨਾਲ ਜਿੰਨਾ ਮੁੰਡਾ ਚਲਾਉਂਦਾ ਉਵੇਂ ਚਲਾਤੀ ਇਹ ਘਰ ਫੇਰੀ ਵਾਜਦੇ ਹੁੰਦੇ ਆ ਚਾਚੀ ਲੈਣ ਤਾਂ ਤੂੰ ਮੈਥੋਂ ਖੰਡ ਆਈ ਸੀ ਖੰਡ ਤਾਂ ਤੈਨੂੰ ਮਿਲੀ ਨਹੀਂ ਹਜੇ ਤੂੰ ਇੰਨਾ ਨਹੀਂ ਕਰਾਉਣੀ ਹੈ ਉਹ ਤਾਂ ਮੈਂ ਇਹਨਾਂ ਨੇ ਨਹੀਂ ਕਰਾਉਂਦੀ ਫਿਰ ਜਦੋਂ ਹੋਈ ਨਹੀਂ ਤੀ ਤੂੰ ਤਾਂ ਮੇਰੇ ਮੂਹਰੇ ਕਰਤੀ ਜਦੋਂ ਲੈ ਕੇ ਤੈਨੂੰ ਇੰਨੀ ਦਿੱਤੀ ਪਰ ਮੈਂ ਤਾਂ ਕਹਿੰਦੀ ਆ ਵੀ ਤੂੰ ਲੈ ਜਾ ਮੇਰੀ ਬੇਬੇ ਆਪੇ ਕਿਸੇ ਦੇ ਉਧਾਈ ਲਿਆਉਗੀ ਨਾ ਨਾ ਮੈਂ ਨਹੀਂ ਲਿਆਂਦੀ ਪੁੱਤ ਕਹਿੰਦੇ ਫਿਰ ਤੇਰੇ ਨਾਲ ਲੜਨਗੇ ਵੀ ਤੈਨੂੰ ਕਿਹੜਾ ਦੀਨਾ ਨਹੀਂ ਸੀ ਤੂੰ ਚਾਚੀ ਨੂੰ ਫੜਾਤਾ ਕਹਿੰਦੇ ਸਮਾਨ ਖੰਡ ਜਿੰਨੀ ਲਿਆਂਦੀ ਸੀਗੀ ਪਤਾ ਤਾਂ ਇਹਨਾਂ ਨੂੰ ਫੇਰ ਹੀ ਲੱਗੂ ਜੇ ਤੂੰ ਲੈਣ ਜਾਂਦੀ ਫਿਰ ਤੂੰ ਕਿਵੇਂ ਦਿੰਨੀ ਇਹਨੂੰ ਨਾ ਜਿੱਦ ਸਾਡੇ ਘਰੇ ਆਈ ਮੈਂ ਕਹੂੰ ਤਾਂ ਸਹੀ ਵੀ ਬਹੁ ਚੀਜ਼ ਕਿੱਥੋਂ ਦੇਵੇ ਜਦੋਂ ਚੀਜ਼ ਤਾਂ ਤੁਸੀਂ ਪੂਰੀ ਸੂਰੀ ਆਪਦੇ ਜੋਗੀ ਲਿਆਵਾਂਗੇ ਚਾਚੀ ਮਾੜੀ ਮੈਂ ਵਾਜਦੀਆਂ ਅਗਲਾ ਕਹਿ ਦੋ ਵੀ ਦਿੰਦੀ ਨਹੀਂ ਖਾਣੀ ਮਾੜੀ ਨਹੀਂ ਤਾਰੀ ਮਾੜੀ ਨਹੀਂ ਤਾਰੀ ਅਗਲਾ ਕਿਸੇ ਨਾਲ ਵਰਤਦੇ ਨਹੀਂ ਹੋਣੇ ਗਾਹਾਂ ਇਹਦੇ ਪੇਕੇ ਤਾਂ ਨਹੀਂ ਚੀਜ਼ ਦਿੰਦੀ ਅਗਲਾ ਤਾਂ ਤਾਣੇ ਮਾੜੀ ਕਹੂਗਾ ਉਹਨਾਂ ਨੂੰ ਕੋਈ ਨਹੀਂ ਕਹਿੰਦਾ ਉਹਨਾਂ ਨੂੰ ਕੋਈ ਨਹੀਂ ਕਹਿੰਦਾ ਚੱਲ ਪੁੱਤ ਕੋਈ ਨਾ ਤੇਰੇ ਕੀ ਸਾਰੇ ਧੀ ਇਹ ਜਦੋਂ ਹੋਈ ਨਹੀਂ ਮੈਨੂੰ ਕਿੱਥੋਂ ਦੇ ਦੇ ਚੱਲ ਠੀਕ ਆ ਚਾਚੀ ਚੱਲ ਭਾਈ ਕਿਸੇ ਦੇ ਹੋਰ ਲਿਆ ਨਾ ਹੋਰ ਲਿਆਉਂ ਭਾਈ ਕੋਈ ਨਾ ਲੈ ਚਾਚੀ ਤਾਂ ਵਿਚਾਰੀ ਆਈ ਸੀ ਖੰਡ ਲੈਣ ਚਾਚੀ ਤਾਂ ਉਹੀ ਗੱਲ ਕਹਿੰਦੀ ਦੇ ਦੇ ਖੰਡ ਮੈਂ ਤਾਂ ਚਾਚੀ ਨੂੰ ਕਹਿਤਾ ਸੀ ਵਿਆਹ ਲੈ ਜਾ ਆਪੇ ਮੰਗਦੀ ਤੁਰੀ ਫਿਰੂ ਪਤਾ ਤਾਂ ਬੇਬੇ ਨੂੰ ਫੇਰ ਲੱਗਦਾ ਦਾਰੀ ਸਦਾਰੀ ਆਂਢੀ ਗਵਾਂਢੀ ਤੇ ਲੈਣ ਆਏ ਨੇ ਚੀਜ਼ ਆਪ ਤਾਂ ਬਥੇਰਾ ਚੱਕ ਕੇ ਉਹਦੀ ਕੌਲੀ ਪਾਈਦੀ ਹੈ ਮੈਂ ਫਲੈਮੇ ਨੂੰ ਲੈ ਦੇਣੀ ਝੁੱਕੇ ਦੇ ਲੈ ਦੇਣੀ ਆ ਤੇ ਆਪ ਦੇ ਦੇਣ ਨੂੰ ਕੁਛ ਹੁੰਦਾ ਨੀ ਦੱਸ ਕਿੱਥੋਂ ਦੇ ਦੇ ਅਗਲਾ ਨਿਪਾਣੇ ਕਿੱਧਰੋਂ ਆਹ ਫਲਾਫਾ ਜਿਹਾ ਲਈ ਆਉਣੀ ਆ ਨਿਪਾਣੇ ਪੁੱਛਣਾ ਪਹਿਲਾਂ ਤਾਂ ਮੀਂਹ ਪੈਂਦੇ ਤੁਹਾਡਾ ਘਰ ਮਸਾਂ ਲਿਆ ਹਾਂ ਤੁਹਾਡੇ ਘਰੇ ਗਈ ਸੀ ਕਿਹਨੇ ਖੰਡ ਨੂੰ ਤੋਂ ਕਿਉਂ ਅੱਛਾ ਮੈਂ ਆਖਿਆ ਮੈਂ ਤਾਂ ਖੰਡ ਖੇਤ ਲਿਜਾਣ ਨੂੰ ਹੈ ਨਹੀਂ ਨਾ ਸਾਨੂੰ ਨਹੀਂ ਨਾਲੇ ਪਰੌਣੇ ਨੂੰ ਆਉਣਾ ਸੀ ਦੇਸੀ ਕਿਉਂ ਲੈਣਾ ਸੀ ਤੁਹਾਡੇ ਅੱਛਾ ਤੇ ਬਹੂ ਵਾਲੀ ਕਹਿੰਦੀ ਇਸ ਤਾਂ ਲਿਆਉਣੀ 2 ਕਿਲੋ ਮੈਂ ਉਹਨੂੰ ਆਖਿਆ 5 ਕਿਲੋ ਦੀ ਪੀਪੀ ਭਰ ਦੇ ਕਹਿੰਦੀ ਬੂਹਾ ਮਰ ਜਾ ਚਾਚੀ ਤੂੰ 5 ਕਿਲੋ ਮੰਗਦੀ ਇਸ ਤਾਂ ਲਿਆਉਣੀ 2 ਕਿਲੋ ਜੇ ਮੈਂ ਕਿਉਂ ਮੰਗਿਆ ਤਾਂ ਕਿਉਂ ਨੂੰ ਕਹਿੰਦੀ ਇਸ ਤਾਂ ਪਾਈਏ ਦੀ ਡੱਬੀ ਲਿਆਉਣੀ ਆ ਗਿਆ ਕਹਿੰਦੀ ਸਾਡੇ ਤਾਂ ਹੁੰਦਾ ਹੀ ਨਹੀਂ ਕਿਉਂ ਇੰਨਾ ਕੌਲੀ ਕਿਉਂ ਮੰਗ ਲਿਆ ਤਾਂ ਆਦੀ ਪਰ ਅੰਡੇ ਬਣ ਹੈ ਹੀ ਨਹੀਂ ਸੀ ਪਤਾ ਨਹੀਂ ਜਾਣ ਕੇ ਨਹੀਂ ਦਿੱਤਾ ਹਰ ਕੇ ਉੱਠ ਕੇ ਦੁਰਤੀ ਨਹੀਂ ਭੈਣੇ ਅਸੀਂ ਤਾਂ ਵਾਹਣ ਦਿੰਨੇ ਆ ਠੇਕੇ ਤੇ ਹੁਣ ਤੁਸੀਂ ਤਾਂ ਖੇਤੀ ਆਪ ਕਰਦੇ ਹੋ ਅਸੀਂ ਤਾਂ ਠੇਕੇ ਤੇ ਦਿੰਨੇ ਆ ਵਾਹਣ ਅਸੀਂ ਫਿਰ ਬਾਹਰ ਸਮਾਨ ਲਿਆ ਕੇ ਕੀ ਕਰਨਾ ਇੱਕ ਹੁਣ ਸਾਉਣ ਦਾ ਮਹੀਨਾ ਤੈਨੂੰ ਪਤਾ ਸਮਾਨ ਖਰਾਬ ਹੋ ਜਾਂਦਾ ਅਸੀਂ ਤਾਂ ਫਿਰ ਉਹਨਾਂ ਕੀ ਲਿਆਉਣਾ ਬਸ ਵੀ ਕਿੰਨਾ ਕੁ ਥੋੜਾ ਜਿਹਾ ਵਰਤਿਆ ਜਾਵੇ
बाटी चा खसा दाल पानी अं खाई जाने खंड मैं चाह च पाउंड नी ना गुड़ एवं लगता है रोटी हूं तो बहू है लिया पै करूगा इवे लगता जे सवेर नू बहू दे पैके आ जाने फिर आए कर फिर असि ओना क लियाने बर्तन जोकरा किन्ना क असि बरतने ओना क असि आपके जोकरा लियाने लिया फिर जिद लैनिया नहीं होंगी फिर मुक जाता ओ कि जानी मैं कहना थोड़े किदे गई धारा लैन समान उन्हें जान के ताने मैंने मारी जानी है पता नहीं मैं कि ना गई लैन कोई ना हाँ। जिदे थोड़े हम कोई रिश्तेदार आया ना लैन आई भी चीज दे अज जा मेरी नूह पिक मेरे धियां तो तेन मैं उदे जवाब दू आई मैं तेन पता लगता बड़े हर तरीक माड़ा मोटा पखा बंद कर दिया कर भाई किसी वेले ना तू बड़ा बल मां ना तू लाइट लाई बैठी है किसी वेले तू बाल हो जा कर कहीं कहीं तेरे पिछों कम नहीं बाला बनता बाहर कि तू पखे थलो नहीं उठती किसी वेले मैं पखा तो हम लाइनी है तुम तो पखा भी जो छोटे सारे हो गए ना सुचा तो चेत ना ला दो गल माड़ा जहां डरते पखा तो लाउन दे दाने मैनू तो ऐ लगता है कदम पखा भी ना लहा के कर दौ इनी छोटी कंजूसी की भी कोई हद आती है फिर भाई कम नहीं बनते आप जो आप सारा दिन पखे थले बैठे रहिए फिर आप गर्मी वाली आने लग जाती है कोई गर्मी नहीं आती बेबे ए तो मैं आराम करनी है भाई ते चाची भी आई सी अपने घरे तेरी हां आई सी चाची चाची तो खंड की बोरी ले गई अपने चाके ना बोरी फिर आप लेता आइए तू तो फिर तेन टाई नहीं पता भी हेक आके तो बाकी भरा के ले गए फिर तू हाल खराब करके सारी मुका दिनी है बोरी लेता आज लिया कोई बोरी खंड दी अच्छा तही थोड़ी लिया भी मैं किसी देना देवा बेबी जो तू लैनी उन्होंने चाची की चीज तो तू कि लिया अगला तेन कि फिर भाई मैं माड़ी मोटी दाड़ी दाड़ी फिर उन्नी कि लियानी है फिर वो तो फिर आके फिर बाहर ही मांगती है अपना तो आप भी पांच पांच किलो चीज दे दो इन आप किलो तो दो किलो तो अपनी खंड सी पांच कितों देनी मेरी चाची ने आख्या बिया ले जाए सारा दिन मेरी बेबे छोटे लिया है तो चाची चंगी सी जी लगी नहीं मैं आपे ले आऊंगी मेरे बेबे किसी दिन तू ले जा हूं भाई फिर मैं लिया तो है फिर मैं ओदे मंगू आ फिर मैं बाहर ना तो नहीं चीजा मांगती भी बठल भर भर लेके जावा चीजा दे फिर आखूगी मैं पांच पांच चीज तो घ्यो चाहिए है वाली मैनू खंड चाहिए इन आप कितों दे दी आप ठेके से आप बांध दें आप वाली की करनी है चीज लिया के हाल खराब हो जाती है क्यों तो चाची बेचारी मंगती सी कहती कि कौली दे मैं कहता कि पाइए वाली डब्बी लिया सी कि नहीं मुक्की है अपने तो आप देनी क्यों मैं चाची ने कितों दे दी पांच कितने देती छोटे तो पांच ग्राम नहीं करे पांच ग्राम तो नहीं भाई लैके आइए फिर आप इना समान सौंगा महीना का फिर तीन पता भी कि जी पै जाते हैं सुंड पै जाते हैं वाहन अपना ठेके से है आप करना भी की है इना समान दे आप पैसे सिर चढ़ाई जाने हैं ना बेबे जो ठेके से वाहन दे दे अगला फिर उस तो खाणों हट जाए फिर अगर अपना हम खेत ही नहीं जाता चाह गुड़ आप करना कोई पाली सीरी अपने नहीं कोई अपने दिहाड़ गए अपने नहीं जाते कला मुंडा आ गया अपने तो फिर कोई दाल सब्जी तो ले लिया करो ना तू लेके देनी है ना वो लेके दें कले गंढे लेके देते कद कहने चटनी कुट ला कद कहने गंढे की दाल बना ला एक चीज खाई लें दाल सब्जी भाई ताजी ले गए कोई सत्तर बोर्ड है तोरना कोई कद्दू सर सत्तर बोर्ड है इनी महंगी दाल खा के आप करना दो गंढे चीर ले दुध पा ले घोरा भाई छोटी तो कंजूसी की कोई हद नहीं मां पुत नहीं मां पुत जमा हदा पार कर गए मैं तो देख चाची को लेके आनी हाँ फिर तू ना कि चाची के दाल लैन गई तू लिया के दे दे चाची की मारो अच्छे गोभी सड़की बैठी होगी इसी कोई चाची दे घरे आएगा और की है चाची के बड़ा खर्चा कर दे और भी इन बड़ा वो कर दी सब्जी धर दी ना तू गल कर दी तेन की पता चाची धर दी नहीं चाची तो मैंने रोज दस के नहीं चाची कल दस के गई सी कहनी फलना नहीं बनाई सी कहनी मैं देन तो आती सी गल कर तेरी सच तो डर गई जाती है लड़ी जाऊगी आपे आदि सस नाल घर दी दाल चजदियां इन ऐ कर जा देख के आ जो कोई फलना हो मैंने तो पाई एक फलना लिया के दे तुसी जमा ना खाओ चंगा मैं देखती हाँ जी जे होया तो मैं भाई लेके दे दी हाँ लेके दे देंगी तू तो कित फलना ना मैं तेन दसा कि कुछ मैं होर लिया दी चाची के नाम देख ला हूं कहनी मैं लिया दूंगी जान की संघ मानती है अगले दे संघ आ जाद्या ओ जी मां ओ जा पुत देख ला कर ला ले घ्यो नू दे रहे घ्यो तो चाची तो पांच किलो मंगती है और छोटे घरों का पांच ग्राम घ्यो नहीं निकलता पांच किलो मैं किसी की दे दूंगी कई तो डरते नहीं लिया के दें बोरी खंड की तू तो लोगों वंट देंगी मैनू तो ऐ लगता है
बेबी नहीं लिया दिंदी ओनू, ओ तो चीज लई आवे। चल मैं ओनू पुछ के देखूंगी भी तेन बेबे कहती है कि तू पहले दिन दी है यह जाएगा, उसे नहीं गल करू आ जान दे। हाँ होंदा गा मुंडा कुछ अख ते मरवाई, पता नहीं कुछ लड़े कि मैं सट सुट खाई आंदा। हाँ भाई अख ते की बजे तेरे? चाची बजे तो कुछ नहीं गा। अच्छा भाई कुछ लड़ लुड़ गया होगा डेंगू डूंगू ता करके, जा कोई भरिंड लड़ गई होगी जहर वाली चीज लड़ गई ता करके। चाची ना भरिंड लड़िया डेंगू लड़िया, पहले पहले मैं यही कर लिया है पला गया था भी चल जो एक अख ना सर देगा चल दूजी तो कदे फिर अड़े थोड़े कम ले लांगे। जा भाई सियाना म्याणा बंदा तू, कहना ना कुछ लड़े हैगा ना कुछ होगा, अके अख मैं ऊई ढक ली भी दूजी अख तो कद फिर कम ले लांगे। सच्ची गल है बहू दी भी ये कंजूस है चाची, समान नहीं लेके आंदे पूरा, जो तो अख ढक सकता भाई ये समान लिया ही नहीं होना, ओही गल है। कहने की समझाऊगा किसी नू की ना समझाऊगा, सच्ची कंजूस है भाई ये।